ਕਿੰਦੇ ਕਿਸੇ ਨਗਰ ਦੇ ਵਿੱਚ ਨਾ ਇੱਕ ਮਨੁੱਖ ਰਿਹਾ ਕਰਦਾ ਸੀ ਕਿੰਦੇ ਉਹ ਮਨੁੱਖ ਦੇ ਨਾਮ ਸੱਤ ਪੁੱਤਰ ਸਨ ਤੇ ਉਹਨਾਂ ਦੇ ਨਾਲ ਨਗਰ ਦੇ ਵਿੱਚ ਰਿਹਾ ਕਰਦਾ ਸੀ ਘਰ ਦੇ ਵਿੱਚ ਅੰਤਾਂ ਦੀ ਗਰੀਬੀ ਸੀ ਇਸ ਕਰਕੇ ਬੱਚਿਆਂ ਨੂੰ ਪੜਾ ਲਿਖਾ ਨਾ ਸਕਿਆ ਕਿੰਨੇ ਚਾਹ ਪੜੇ ਨਹੀਂ ਸਨ ਤੇ ਕੀਤਾ ਵੀ ਉਮੀਦਾਈ ਕਰਨਾ ਸੀ ਕਿੰਦੇ ਉਹ ਆਪੇ ਨਾਲ ਇੱਕ ਸੇਠ ਤੇ ਘਰ ਉਹਨਾਂ ਨੂੰ ਮਜ਼ਦੂਰੀ ਤੇ ਲੈ ਕੇ ਜਾਣ ਲੱਗਾ ਕਿੰਦਾ ਸੇਠ ਹੁਣ ਸਾਰਾ ਦਿਨ ਮਜ਼ਦੂਰੀ ਕਰਵਾਇਆ ਕਰਦਾ ਸੇਠ ਇਸ ਗੱਲ ਤੋਂ ਜਾਣੂ ਸੀ ਇਹਨਾਂ ਨੂੰ ਆਉਂਦਾ ਕੁਝ ਨਹੀਂ ਹੈਗਾ ਇਸ ਕਰਕੇ ਉਹ ਬਣ ਦਾ ਸਰਦਾ ਉਹਨਾਂ ਨੂੰ ਦੇ ਦਿਆ ਕਰਦਾ ਉਹ ਪੈਸੇ ਵੀ ਨਾ ਦਿਆ ਕਰਦਾ ਉਸ ਦੇ ਬਦਲੇ ਤਿੰਨ ਸੇਰ ਜੋ ਉਹਨਾਂ ਨੂੰ ਦੇ ਦਿਆ ਕਰਦਾ ਕਹਿੰਦੇ ਉਸ ਨੂੰ ਘਰ ਲਿਆ ਕੇ ਤੇ ਉਹਨੂੰ ਕੁੱਟ ਕੇ ਤੇ ਆਟਾ ਬਣਾ ਤੇ ਉਹਦੀ ਰੋਟੀ ਖਾ ਲਿਆ ਕਰਦੇ ਕਹਿੰਦੇ ਨਾਲ ਦੇ ਨਾ ਘਰ ਦੇ ਵਿੱਚ ਇੱਕ ਮਾਈ ਰਹਾ ਕਰਦੀ ਸੀ ਉਹ ਬੜੀ ਸਿਆਣੀ ਸੂਝਵਾਨ ਤੇ ਸਮਝਦਾਰ ਸੀ ਇੱਕ ਦਿਨ ਉਹ ਮਨੁੱਖ ਦੇ ਕੋਲ ਆਈ ਕਹਿੰਦੀ ਦੇਖ ਤੁਸੀਂ ਸਾਰਾ ਦਿਨ ਪਹਿਲਾਂ ਖਾਪ ਕੇ ਆਉਂਦੇ ਆਕੇ ਪ੍ਰਸ਼ਾਦਾ ਪਾਣੀ ਬਣਾਉਂਦੇ ਹੋ ਤੇ ਤੂੰ ਆਪਣੇ ਵੱਡੇ ਪੁੱਤ ਦਾ ਵਿਆਹ ਕੀਤਾ ਹੋਇਆ ਤੇ ਨੂੰ ਨੂੰ ਘਰ ਕਿਉਂ ਨਹੀਂ ਲੈ ਕੇ ਆਉਂਦਾ ਕਿੰਦਾ ਦੇਖ ਮਾਈ ਤੇਰੇ ਤੋਂ ਕਾਹਦਾ ਹੋ ਲੈ ਮੇਰਾ ਜਿਹੜਾ ਵੀ ਪੁੱਤ ਵੇਖ ਇਹਦੇ ਤਾਂ ਤੇ ਪੂਰੇ ਕੱਪੜੇ ਵੀ ਨਹੀਂ ਹੈਗੇ ਤੂੰ ਸਾਡੇ ਘਰ ਦੇ ਹਾਲਾਤ ਤੇ ਦੇਖਦੀ ਪਈ ਤੇ ਉਹਨੂੰ ਲਿਆ ਕੇ ਰੱਖਣਾ ਕਿੱਥੇ ਉਹ ਵੀ ਗੁਰਬਤ ਦੇ ਵਿੱਚ ਦਿਨ ਬਿਤਾਏਗੀ ਉੱਥੇ ਘੱਟ ਤੋਂ ਘੱਟ ਢਿੱਡ ਭਰ ਕੇ ਪ੍ਰਸ਼ਾਦਾ ਪਾਣੀ ਤੇ ਖਾਂਦੀ ਹੈ ਨਾ ਇੱਥੇ ਤਾਂ ਉਹ ਵੀ ਨਹੀਂ ਖਾਂਦੀ ਹੈਗੀ ਕਹਿੰਦੇ ਜਦੋਂ ਇਹ ਗੱਲ ਹੋਈ ਤਾਂ ਉਹ ਗਿਆ ਵੀ ਦੇਖ ਤੋਂ ਮੇਰੇ ਪੁੱਤੇ ਕਪੜੇ ਪਾ ਕੇ ਤੇ ਆਪਣੇ ਪੁੱਤ ਨੂੰ ਉਸ ਥਾਂ ਤੇ ਕੱਲ ਦੇ ਦੇ ਨੂ ਨੂ ਕਰ ਲਿਆ ਵੇ ਤੇ ਥੋੜਾ ਬੋਤਾ ਤੁਹਾਡਾ ਸਾਸ ਸੌਖਾ ਹੋ ਜੇ ਉਹਨੇ ਹੁਣ ਅਗਲੇ ਦਿਨ ਆਪਣੇ ਪੁੱਤ ਨੂੰ ਉਹਦੇ ਕਪੜੇ ਦਿੱਤੇ ਤੇ ਉਹ ਆਪਣੇ ਸੌਰੇ ਘਰ ਚਲਾ ਗਿਆ ਜਾ ਕੇ ਤੇ ਉਸੇ 2-3 ਦਿਨ ਰਿਹਾ ਕਿੰਦੀ ਉਹਨਾਂ ਬੜੀ ਖਾਤਰਦਾਰੀ ਕੀਤੀ ਤੇ ਆਪਣੀ ਘਰ ਵਾਲੀ ਨੂੰ ਲੈ ਕੇ ਤੇ ਪਿੰਡ ਵਾਪਸ ਆ ਗਿਆ ਪਿੰਡ ਜਦੋਂ ਪਰਤਨ ਗਿਆ ਸੀ ਤੇ ਸੋਚਣ ਲੱਗਾ ਵੀ ਸਾਡੇ ਘਰ ਤੇ ਗੁਰਬਤ ਵਸ ਪੈਰ ਪਸਾਰੇ ਨੇ ਇਨੂੰ ਘਰ ਲੈ ਗਿਆ ਤੇ ਕੀ ਖਵਾਵਾਂਗਾ ਉਹ ਨਾ ਉਸੇ ਮਾਈ ਦੇ ਘਰ ਉਹਨੂੰ ਛੱਡ ਕੇ ਤੇ ਆਪਣੇ ਘਰ ਚਲਾ ਜਾਂਦਾ ਕਹਿੰਦੀ ਮਾਈ ਨੇ ਵੀ ਰਾਤ ਰੱਖ ਲਿਆ ਜਦੋਂ ਸਵੇਰ ਹੋਈ ਤੇ ਕੋਈ ਨਾ ਨਾ ਲੈਣ ਆਇਆ ਤੇ ਉਹ ਸਾਰੇ ਸੇਠ ਦੇ ਘਰ ਕੰਮ ਲਈ ਚਲੇ ਗਏ ਮਾਈ ਉਹਨੂੰ ਲੈ ਕੇ ਤੇ ਕਹਿੰਦੀ ਆਪੁੱਤ ਤੈਨੂੰ ਤੇਰੇ ਘਰ ਛੱਡ ਕੇ ਆਵਾਂ ਉਹ ਕਹਿੰਦੀ ਕਿਉਂ ਮਾਈ ਇਹ ਮੇਰਾ ਸੋਹਰਾ ਘਰ ਨਹੀਂ ਮਾਈ ਨੇ ਕਿਹਾ ਨਹੀਂ ਪੁੱਤ ਇਹ ਤੇਰਾ ਸੋਹਰਾ ਘਰ ਨਹੀਂ ਮਾਈ ਉਸ ਘਰ ਦੇ ਵਿੱਚ ਛੱਡ ਕੇ ਤੇ ਆਪ ਵਾਪਸ ਆ ਗਈ ਉਹਨੇ ਵੇਖਿਆ ਇੱਕੋ ਹੀ ਕਮਰਾ ਉਹ ਵੀ ਛੱਟ ਟੱਢੀ ਪਈਏ ਚੁੱਲ੍ਹੇ ਚੁੱਲ੍ਹੇ ਮੰਜੀ ਦੇ ਉੱਤੇ ਕੱਪੜੇ ਕੱਪੜੇ ਉਹ ਵੀ ਪਾਟੇ ਪਏ ਨੇ ਘਰ ਦੇ ਹਾਲਾਤ ਬੜੇ ਬੁਰੇ ਕੰਧਾਂ ਟੱਠੀਆਂ ਪਈਆਂ ਨੇ ਕਹਿੰਦੇ ਉਹ ਪਹਿਲਾਂ ਵੇਖ ਕੇ ਬੜਾ ਜ਼ਿਆਦਾ ਰੋਣ ਲੱਗੇ ਕਹਿੰਦੇ ਜਦੋਂ ਰੋਂਦਿਆ ਰੋਂਦਿਆਂ ਉਹ ਜਦੋਂ ਬੱਸ ਹੋ ਗਈ ਨਾ ਸੋਚਣ ਲੱਗੀ ਵੀ ਰੋਲਣਾ ਤੇ ਕੱਖ ਨਹੀਂ ਹੋਣਾ ਭੁਗਤਣਾ ਤੇ ਉਹੀ ਪੈਣਾ ਆਪਣੇ ਕਰਮਾਂ ਦਾ ਫਿਰ ਹਿੰਮਤ ਕਰਕੇ ਇਹ ਸਾਰਾ ਕੁਝ ਬਦਲਣ ਦੀ ਕੋਸ਼ਿਸ਼ ਕਰਦੀ ਹੈ ਕਹਿੰਦੀ ਉੱਠੀ ਪਿੰਨਾਂ 'ਚ ਸੱਤ ਜੁਨੇ ਅੱਠ ਚੁੱਲ੍ਹੇ ਬਣੇ ਸਨ ਉਟਾ ਕੇ ਇੱਕੋ ਹੀ ਬਣਾਇਆ ਕਿੰਦੀ ਬਾਕੀ ਮਿੱਟੀ ਨਾਲ ਉੱਥੇ ਹੋਰ ਕੱਖ ਕੰਨਰ ਲਾ ਕੇ ਤੇ ਕਹਿੰਦੇ ਛੱਤ ਲਿਪੀ ਕੰਧਾਂ ਜਣੀਆਂ ਸਨ ਟੁੱਟੀਆਂ ਉਹ ਲਿਪੀਆਂ ਕਹਿੰਦੇ ਅੰਦਰ ਜਿਹੜੀ ਮੰਜੀ ਟੁੱਟੀ ਪਈ ਸੀ ਕੱਪੜੇ ਧੋਣ ਵਾਲੇ ਪੇਸਨ ਕਹਿੰਦੇ ਉਹਨੂੰ ਸਾਰੇ ਕੱਪੜੇ ਧੋ ਕੇ ਤੇ ਉਹਨੇ ਤਾਰ ਦੇ ਉੱਤੇ ਪਾ ਦਿੱਤੇ ਮੰਜੀ ਦਾ ਕਹਿੰਦੇ ਜਿਹੜਾ ਟੁੱਟਾ ਪਿਆ ਸੀ ਵਾਣ ਦੇ ਨਾਲ ਵਾਣ ਗੰਢ ਕੇ ਤੇ ਮੰਜੀ ਠੀਕ ਕਰ ਦਿੱਤੀ ਕਹਿੰਦੇ ਘਰ ਝਾੜੂ ਧੱਕਣੀ ਸੀ ਮਾਈ ਦੇ ਘਰੋਂ ਝਾੜੂ ਲਿਆ ਕੇ ਤੇ ਘਰ ਸਾਫ਼ ਕਰ ਦਿੱਤਾ ਕਹਿੰਦੇ ਨਿੱਕੇ ਨਿੱਕੇ ਸਾਰੇ ਕੰਮ ਕਰ ਦਿੱਤੇ ਸ਼ਾਮ ਹੋਈ ਕਿੰਦੇ ਉਹ ਆਪਣੇ ਸਹੋਰੇ ਦੇ ਨਾਲ ਉਹਦੇ ਪੁੱਤ ਜਿਹੜੇ ਸਨ ਉਹ ਘਰ ਆ ਗਏ ਕਿੰਨੇ ਜਦੋਂ ਘਰ ਆਏ ਤੇ ਘਰ ਦਾ ਹੁਲੀਆ ਦੇਖ ਕੇ ਉਹ ਹੈਰਾਨ ਹੋ ਗਏ ਵੀ ਘਰ ਇੰਨਾ ਜਿਆਦਾ ਸਾਫ਼ ਕਿੰਦਾ ਪੁੱਤ ਤੂੰ ਇਹ ਕੀ ਕੀਤਾ ਵੀ ਸਾਡੇ ਚੁੱਲ੍ਹੇ ਕਿਉਂ ਟਾ ਦਿੱਤੇ ਨੇ ਕਿੰਦੀ ਪਿਤਾ ਜੀ ਵੀ ਅੱਜ ਤੋਂ ਬਾਅਦ ਤੁਹਾਡਾ ਪ੍ਰਸ਼ਾਦਾ ਪਾਣੀ ਮੈਂ ਬਣਾਇਆ ਕਰਾਂਗੀ ਤੇ ਇਸ ਕਰਕੇ ਬਾਕੀ ਚੁੱਲਿਆਂ ਦੀ ਜ਼ਰੂਰਤ ਨਹੀਂ ਹੈਗੀ ਕਿੰਦੇ ਪੁੱਤ ਮੈਨੂੰ ਤੇ ਲੱਗਾ ਸੀ ਕਿ ਆਉਂਦਿਆਂ ਤੂੰ ਤੋੜਪੰਨ ਕਰ ਦਿੱਤੀਏ ਤੇ ਤੂੰ ਸਾਡੇ ਲਈ ਕੱਖ ਨਹੀਂ ਛੱਡਿਆ ਕਿੰਨੇ ਨਹੀਂ ਪਿਤਾ ਜੀ ਮੈਂ ਜੋੜਨ 'ਚ ਵਿਸ਼ਵਾਸ ਰੱਖਦੀ ਆ ਤੋੜਨ 'ਚ ਨਹੀਂ ਕਿੰਦੇ ਜਦੋਂ ਤਿੰਨ ਸੇਰ ਉਹਨੂੰ ਜੋਹ ਦਿੱਤੇ ਨਾ ਉਹ ਕੁਝ ਨਾ ਬੋਲੀ ਉਹਨੇ ਛਾਟ ਕੇ ਸਾਫ਼ ਕਰਕੇ ਕਿੰਦੇ ਆਟਾ ਬਣਾ ਕੇ ਤੇ ਸਭ ਨੂੰ ਪ੍ਰਸ਼ਾਦਾ ਦਿੱਤਾ ਪਰ ਐਨੇ ਕੋ ਨਾਲ ਸਭ ਦਾ ਢਿੱਡ ਕਿੱਥੇ ਭਰਨਾ ਸੀ ਕਿੰਦੇ ਉਹ ਤਿੰਨ ਦਿਨ ਦੇਖਦੀ ਰਹੀ ਤੀਜੇ ਦਿਨ ਕਹਿੰਦੀ ਪਿਤਾ ਜੀ ਵੀ ਤੁਸੀਂ ਸੇਠ ਦੇ ਕੋਲ ਜਾ ਕੇ ਸੇਠ ਨੂੰ ਕਿਉਂ ਵੀ ਇੰਨੇ ਨਾਲ ਸਾਡਾ ਢਿੱਡ ਨਹੀਂ ਭਰਦਾ ਤੋ ਉਹਦਾ 3 ਗੁਣਾ ਸਾਨੂੰ ਦੇ ਉਕੇ ਨੱਤੀਏ ਵੀ ਉਹ ਸੇਟ ਨੂੰ ਪਤਾ ਸਾਨੂੰ ਹੋਰ ਕੋਈ ਕੀਤਾ ਨਹੀਂ ਆਉਂਦਾ ਸਾਨੂੰ ਕੰਮ ਤੋਂ ਕੱਢਦਾ ਤੇ ਤਿੰਨ ਸੇੜ ਤੋਂ ਵੀ ਜਾਵਾਂਗੇ ਕਹਿੰਦੇ ਨਹੀਂ ਪਿਤਾ ਜੀ ਤੁਸੀਂ ਸਾਲਾਂ ਦੇ ਤੋਂ ਸੀ ਕੰਮ ਕਰਦੇ ਪਿਓ ਹੁਣ ਇੰਨਾ ਕੁ ਤੇ ਤੁਹਾਨੂੰ ਅਨੁਭਵ ਆ ਗਿਆ ਵੀ ਤੁਸੀਂ ਹੋਰ ਕਿਤੇ ਕੰਮ ਕਰ ਸਕਦੇ ਹੋ ਜੇਕਰ ਕੰਮ ਨਾ ਵੀ ਦੇਗਾ ਤੁਸੀਂ ਪੂਰੀ ਹਿੰਮਤ ਨਾਲ ਉਸ ਨੂੰ ਜਾ ਕੇ ਕਹੋ ਸੇੜਾ ਜਦ ਦਿਹਾੜੀ ਤੋਂ ਬਾਅਦ ਉਹਨਾਂ ਨੂੰ ਉਹਨਾਂ ਦਾ ਮੇਨ ਤਾਣਾ ਜੋ ਦੇਣ ਲੱਗਾ ਤੇ ਕਹਿੰਦਾ ਅੱਗੋਂ ਦਾ ਪਿਓ ਉਹਨਾਂ ਦਾ ਸੱਤਾ ਪੁੱਤਾਂ ਦਾ ਕਹਿੰਦਾ ਵੀ ਦੇਖ ਸੇੜਾ ਉਹਨੇ ਨਾਲ ਟੈਡ ਨਹੀਂ ਪਰਤਾ ਤੂੰ ਹੁਣ ਸਾਨੂੰ ਤਿੰਨ ਗੁਣਾ ਦਿਆ ਕਰ ਉਹ ਹੁਣ ਸਮਝ ਗਿਆ ਵੀ ਜੇ ਨਾਂ ਦਿੱਤਾ ਤੇ ਇਹ ਕਿਤੇ ਚਲੇ ਨਾ ਜਾਣ ਉਹਨੇ ਨਾ ਉਹਨਾਂ ਨੂੰ ਨੌ ਸੇਰ ਹੁਣ ਜਿਹੜੇ ਸਜੋਂ ਦੇਣੇ ਸ਼ੁਰੂ ਕਰ ਦਿੱਤੇ ਘਰ ਜਦੋਂ ਲੈ ਕੇ ਆਏ ਤੇ ਅੱਜ ਸਾਰਿਆਂ ਨੇ ਪੇਟ ਭਰ ਕੇ ਪ੍ਰਸ਼ਾਦਾ ਖਾਧਾ ਕਹਿੰਦੇ ਹੁਣ ਹੌਲੀ ਹੌਲੀ ਦਿਨ ਬਦਲਣ ਲੱਗੇ ਕਹਿੰਦੇ ਤੈਨੂੰ ਕੁ ਮਹੀਨੇ ਦਾ ਸਮਾਂ ਲੰਘਿਆ ਨਾ ਤਾਂ ਉਹਨੇ ਕੀ ਕੀਤਾ ਕਹਿੰਦੀ ਪਿਤਾ ਜੀ ਅੱਜ ਨੂੰ ਜਾ ਕੇ ਕਿਉਂ ਵੇ ਇੰਨੇ ਨਾਲ ਸਾਡਾ ਪੇਟ ਨਹੀਂ ਭਰਦਾ ਤੇ ਤੁਸੀਂ ਸਾਨੂੰ ਥੋੜਾ ਹੋਰ ਦਵੋ ਜੇ ਨਾ ਦਵੇ ਤੇ ਕਹਿ ਦਿਓ ਅਸੀਂ ਕੱਲ ਨੂੰ ਤੁਹਾਡੇ ਕੋਲ ਨਹੀਂ ਆਵਾਂਗੇ ਕਹਿੰਦੇ ਧੀਏ ਤੂੰ ਕਿਵੇਂ ਦੀ ਗੱਲਾਂ ਕਰਦੀ ਜੇ ਐਵੇਂ ਕਹਿਤਾ ਉਹਨੇ ਸੱਚੀ ਕੰਮ ਤੋਂ ਕੱਢ ਦੇਣਾ ਫਿਰ ਸੀ ਕੀ ਕਰਾਂਗੇ ਕਹਿੰਦੀ ਪਿਤਾ ਜੀ ਹਮੇਸ਼ਾ ਚੰਗਾ ਸੋਚਿਆ ਕਰੋ ਚੰਗਾਈ ਹੋਵੇਗਾ ਜਾ ਕੇ ਇੰਨਾ ਕਹਿ ਦਿਆ ਜੇ ਕਹਿੰਦੇ ਉਹ ਗਏ ਉਹ ਜਦੋਂ ਸ਼ਾਮ ਨੂੰ ਮੇਨ ਤਾਨਾ ਮਿਲਣ ਲੱਗਾ ਕਿਆ ਸੇਟ ਇੰਨੇ ਨਾਲ ਗੁਜ਼ਾਰਾ ਨਹੀਂ ਹੁੰਦਾ ਹੁਣ ਸਾਨੂੰ ਹੋਰ ਤਿੰਨ ਗੁਣਾ ਦੇ ਉਹ ਕਹਿੰਦਾ ਠੀਕ ਹੈ ਹੁਣ ਉਹਨੇ ਸਤਾਈ ਜਿਹੜਾ ਸਨ ਸੇਰ ਉਹਨੂੰ ਜੋਹ ਦੇਣੇ ਆਰੰਭ ਕਰ ਦਿੱਤੇ ਕਹਿੰਦੇ ਹੁਣ ਐਵੇਂ ਕਰਦੇ ਕਰਦੇ 6 ਮਹੀਨੇ ਦਾ ਸਮਾਂ ਲੰਘ ਗਿਆ ਉਹ ਜਦੋਂ ਖਾਂਦੀ ਪਕਾਂਦੀ ਨਾ ਤੇ ਤਿੰਨ ਸੇਰ ਰੋਜ਼ ਦੇ ਉਹ ਜੋਹ ਬਚਾ ਕੇ ਤੇ ਰੱਖ ਲਿੰਦੀ ਕਹਿੰਦੇ ਘਰ ਨਾਲ ਇੱਕ ਕੜਾ ਦੋ ਕੜਾ ਐਵੇਂ ਬੜੇ سارے ਉਹਨੇ ਘੜੇ ਭਰ ਕੇ ਤੇ ਰੱਖਣ ਲੱਗ ਗਏ ਕਹਿੰਦੇ ਹੌਲੀ ਹੌਲੀ ਘਰ ਦੇ ਹਾਲਾਤ ਬਦਲਣ ਲੱਗੇ 6 ਮਹੀਨੇ ਬਾਅਦ ਕਿਹਾ ਪਿਤਾ ਜੀ ਇੱਕ ਗੱਲ ਮੈਂ ਤੁਹਾਨੂੰ ਦੱਸਾਂ ਉੰਤੀ ਲਈ ਆਪਾਨੂੰ ਆਪਣੀ ਸੋਚ ਵੀ ਬਦਲਨੀ ਪਵੇਗੀ ਤੇ ਆਪਣਾ ਕੰਮਕਾਰ ਵੀ ਬਦਲਣਾ ਪਵੇਗਾ ਆਪਾਂ ਕਿਉਂ ਨਾ ਕੋਈ ਕੰਮ ਸ਼ੁਰੂ ਕਰ ਲਈਏ ਕਿਹਾਤੀ ਏ ਵੀ ਸਾਡੇ ਕੋਲ ਕੋਈ ਪੂੰਜੀ ਤੇ ਹੈ ਨਹੀਂ ਅਸੀਂ ਕੰਮ ਕਿੱਥੋਂ ਸ਼ੁਰੂ ਕਰਾਂਗੇ ਜੋ ਕਰਦੇ ਪਿਆ ਉਹੀ ਠੀਕ ਹੈ ਅਗੋ ਕਹਿੰਦੀ ਪਿਤਾ ਜੀ ਉੰਤੀ ਲਈ ਪਹਿਲਾਂ ਤੇ ਸੋਚ ਨੂੰ ਬਦਲਣਾ ਪਵੇਗਾ ਜੋ ਲੋਕ ਆਪਣੀ ਸੋਚ ਨੂੰ ਖੁਦੇ ਡੱਡੂ ਮੰਗ ਰੱਖਦੇ ਨੇ ਉਹ ਕਦੀ ਵੀ ਤਰੱਕੀ ਨਹੀਂ ਕਰਦੇ ਛੋਟੀ ਸੋਚ ਮਨੁੱਖ ਨੂੰ ਗਰੀਬੀ ਤੋਂ ਬਾਹਰ ਨਹੀਂ ਆਉਣ ਦਿੰਦੀ ਜਦੋਂ ਆਪਾਂ ਵੱਡਾ ਸੋਚਦੇ ਆ ਤਾਂ ਆਪਾਂ ਉਦੋਂ ਹੀ ਵੱਡੇ ਬਣ ਪਾਉਂਦੇ ਆ ਸਮੇਂ ਦੇ ਨਾਲ ਮਨੁੱਖ ਨੂੰ ਬਦਲਦੇ ਰਹਿਣਾ ਚਾਹੀਦਾ ਕਿੰਨੇ ਜਦੋਂ ਇਹ ਗੱਲ ਕਹੀ ਨਾ ਤਾਂ ਉਹ ਕਹਿੰਦੇ ਠੀਕ ਹੈ ਹੁਣ ਹੀਲਾ ਵਸੀਲਾ ਵੀ ਦੱਸ ਕਿ ਨਹੀਂ ਮੈਂ ਪਿਛਲੇ 6 ਮਹੀਨੇ ਤੋਂ ਰੋਜ਼ ਦੇ ਤਿੰਨ ਸਿਰ ਜਿਹੜੇ ਜੋਂਸਨ ਉਹ ਬਚਾ ਕੇ ਰੱਖਦੀ ਆ ਤੁਸੀਂ ਸਾਰੇ ਘੜੇ ਲੈ ਜਾਓ ਬਾਜ਼ਾਰ ਚ ਜਾ ਕੇ ਵੇਚੋ ਉਸ ਤੋਂ ਜੋ ਤਨ ਰਾਸ਼ੀ ਮਿਲੇਗੀ ਨਗਰ ਦੇ ਵਿੱਚ ਇੱਕ ਦੁਕਾਨ ਲਵੋ ਉੱਥੇ ਰਾਸ਼ਨ ਪਾਓ ਤੇ ਉਹਨੂੰ ਵੇਚਿਆ ਕਰੋ ਵੇਚਣ ਤੋਂ ਬਾਅਦ ਜੋ ਵੀ ਤੁਹਾਨੂੰ ਮਿਲੇ ਉਹਨੂੰ ਘਰ ਲੈ ਕੇ ਆਇਆ ਕਰੋ ਇਸ ਤਰ੍ਹਾਂ ਆਪਣੀ ਤਰੱਕੀ ਹੋਵੇਗੀ ਉਹਨਾਂ ਉਮੀ ਗੀਤਾ ਕਿnde ਹੁਣ ਸਾਰੇ ਜੋ ਵੇਚ ਕੇ ਆਏ ਵੇਚਣ ਤੋਂ ਬਾਅਦ ਦੁਕਾਨ ਲਈ ਦੁਕਾਨ ਤੋਂ ਬਾਅਦ ਰਾਸ਼ਨ ਉੱਥੇ ਪਾ ਕੇ ਤੇ ਸਾਰੇ ਜਣੇ ਉੱਥੇ ਕੰਮ ਕਰਨ ਲੱਗੇ ਕਹਿੰਦੇ ਕੁਝ ਦਿਨ ਲੰਘ ਗਏ ਇੱਕ ਦਿਨ ਆਪਣੇ ਪਿਤਾ ਜੀ ਨੂੰ ਕਹਿੰਦੀ ਕਹਿੰਦੇ ਪਿਤਾ ਜੀ ਜਦੋਂ ਘਰ ਸ਼ਾਮ ਨੂੰ ਆਓ ਕੁਝ ਨਾ ਕੁਝ ਜ਼ਰੂਰ ਲੈ ਕੇ ਆਓ ਇਹ ਗੱਲ ਹਮੇਸ਼ਾ ਯਾਦ ਰੱਖੋ ਜਦੋਂ ਤੁਸੀਂ ਕੁਝ ਨਾ ਕੁਝ ਘਰ ਲੈ ਕੇ ਆਓਗੇ ਕਾਰ ਜੋੜਨ ਦੀ ਘਰ ਬਣਾਉਣ ਦੀ ਆਦਤ ਪਵੇਗੀ ਤੇ ਇਹਦੇ ਨਾਲ ਘਰ ਚ ਸੁੱਖ ਸੁਹਲਤਾ ਆ ਜਾਣਗੀ ਕਿੰਦਾ ਠੀਕ ਕਹਤੀ ਹੈ ਹੁਣ ਜਦੋਂ ਰੋਜ਼ ਆਇਆ ਕਰਨਾ ਉਹਨੇ ਕੋਈ ਨਾ ਕੋਈ ਚੀਜ਼ ਲੈ ਕੇ ਆਇਆ ਕਰਨੀ ਜਿਸ ਦੇ ਨਾਲ ਘਰ ਦੇ ਵਿੱਚ ਸੁੱਖ ਤੇ ਸਮ੍ਰiddhi ਆਉਣ ਲੱਗੀ ਵੀ ਘਰ ਦੀਆਂ ਛੈ ਜਣੀਆਂ ਬਣਨ ਲੱਗੀਆਂ ਤੇ ਘਰ ਸੁਖਾਲਾ ਹੋਣ ਲੱਗਾ ਕਹਿੰਦੇ ਇੱਕ ਦਿਨ ਉਹਨੂੰ ਕੋਈ ਚੀਜ਼ ਯਾਦ ਨਾਰੀ ਘਰ ਦੇ ਕੋਲ ਲੱਕਣਾ ਤੇ ਨਾਲ ਕਾਗਜ਼ ਹੀ ਪਏ ਸਨ ਉਹੀ ਚੁੱਕ ਲਿਆ ਉਹਨੇ ਉਹ ਵੀ ਸੰਭਾਲ ਕੇ ਰੱਖ ਲਿਆ ਫੇ ਚਲ ਕੋਈ ਨਾ ਬਾਲਣ ਦੇ ਕੰਮ ਆਉਣਗੇ ਕਿੰਦੇ ਅੱਜ ਜਦੋਂ ਤੁਰਦੇ ਤੁਰਦੇ ਆਏ ਨਾ ਤੇ ਕਿੰਦੇ ਰਸਤੇ ਦੇ ਵਿੱਚ ਹੁਣ ਘਰ ਦੇ ਨੇੜੇ ਪਹੁੰਚ ਗਏ ਸਾਂ ਕੋਈ ਸ਼ੈ ਲੈ ਕੇ ਆਏ ਨਹੀਂ ਤੇ ਭੁੱਲ ਗਏ ਕਿੰਦੇ ਇੱਕ ਨਾ ਸਤਪ ਦਾ ਬੱਚਾ ਮਰਿਆ ਪਿਆ ਸੀ ਹੁਣ ਕਿੰਦਾ ਚੱਲ ਇਹਨੂੰ ਹੀ ਲੈ ਜੰਨਾ ਐਵੇਂ ਤਾਂ ਨੂੰ ਨਾਰਾਜ਼ ਹੋ ਜਾਏਗੀ ਕਿੰਦੇ ਸੋਟੀ ਫੜੀ ਉਹਦੇ ਉੱਤੇ ਲਟਕਾ ਕੇ ਤੇ ਘਰ ਲੈ ਆਏ ਜਦੋਂ ਘਰ ਲੈ ਕੇ ਆਏ ਨਾ ਤੇ ਨੂੰ ਨੂੰ ਵਿਖਾਇਆ ਨੂੰ ਆਪਣੇ ਮਨ 'ਚ ਸੋਚਣ ਲੱਗੀ ਵੀ ਕਿੰਦੀ ਪਿਤਾ ਜੀ ਇਹ ਕੀ ਲੈ ਕੇ ਆਇਓ ਕਿੰਦੇ ਧੀਏ ਤੂੰ ਹੀ ਕਿਹਾ ਸੀ ਵੀ ਖਾਲੀ ਹੱਥ ਕਰਨਾ ਆਈ ਉਹਨਾਂ ਕੋ ਕੋਜਣਾ ਬੋਲੀ ਕਿ ਨਹੀਂ ਚੱਲੂ ਐਵੇਂ ਕਰੋ ਇਹ ਡੰਡੇ ਨਾਲ ਇਹਨੂੰ ਉੱਤੇ ਛੱਤ ਤੇ ਛੱਟ ਦੋ ਉਹਨੂੰ ਛੱਤ ਤੇ ਸੱਟਿਆ ਉਹਨੇ ਸਾਰਿਆਂ ਨੂੰ ਪ੍ਰਸ਼ਾਦਾ ਪਾਣੀ ਦਿੱਤਾ ਪ੍ਰਸ਼ਾਦਾ ਪਾਣੀ ਦੇਣ ਤੋਂ ਬਾਅਦ ਸਾਰੇ ਜਣੇ ਖਾ ਕੇ ਤੇ ਸੋ ਗਏ ਸਵੇਰ ਹੋਈ ਤੇ ਉਹਨੇ ਸਾਰਿਆਂ ਦੇ ਕੱਪੜੇ ਧੋ ਕੇ ਤੇ ਛੱਤ ਤੇ ਸੁਕਾਇਆ ਕਰਦੀ ਸੀ ਕਿੰਦੇ ਉਧਰੋਂ ਉਸ ਨਗਰ ਦੇ ਰਾਣੀ ਦਾ ਹਾਰ ਲੈ ਕੇ ਇੱਲ ਉੱਡ ਗਈ ਕਿੰਦੇ ਇੱਲ ਉੱਡਦੀ ਔੜਦੀ ਜਦੋਂ ਉਹਦੀ ਛਾਤ ਉਹਨਾਂ ਦੇ ਕੋਠੇ ਦੇ ਉੱਤੇ ਸੱਪ ਦੇ ਬੱਚੇ ਤੇ ਪਈ ਤੇ ਕਹਿੰਦੇ ਉੱਥੇ ਆ ਕੇ ਉਹ ਹਾਰ ਛੱਟ ਗਈ ਤੇ ਜਿਹੜਾ ਉਹ ਸੀ ਸੱਪ ਦਾ ਬੱਚਾ ਉਹ ਲੈ ਕੇ ਤੇ ਉੱਡ ਗਿਆ। ਕਹਿੰਦੇ ਇੰਨੇ ਨੂੰ ਰਾਜੇ ਨੇ ਸਾਰੇ ਨਗਰ 'ਚ ਐਲਾਨ ਕਰਤਾ। ਵੀ ਜੋ ਵੀ ਮੇਰੀ ਰਾਣੀ ਦਾ ਹਾਰ ਲਿਆ ਕੇ ਦਵੇਗਾ ਉਹਨੂੰ ਮੈਂ ਇਨਾਮ ਦਵਾਂਗਾ। ਕਹਿੰਦੇ ਹਰਥ ਇਹਨੂੰ ਲੱਭਾ ਸੀ। ਇਹ ਚੁੰਨੀ ਦੇ ਬੁੱਕਲ ਦੇ ਵਿੱਚ ਦੇ ਕੇ ਤੇ ਹਾਰ ਥੱਲੇ ਲਿਆ ਕੇ ਘੜੇ ਦੇ ਵਿੱਚ ਪਾ ਕੇ ਤੇ ਕਮਰੇ ਦੇ ਅੰਦਰ ਹੀ ਦੱਬ ਦਿੱਤਾ। ਕਹਿੰਦੇ ਹੁਣ ਰਾਜੇ ਨੇ ਹਰ ਪਾਸੇ ਐਲਾਨ ਕਰ ਦਿੱਤਾ। ਸਾਰੇ ਜਣੇ ਗੱਲਾਂ ਕਰਨ ਵੀ ਰਾਜੇ ਨੇ ਐਲਾਨ ਕੀਤਾ ਜਿਹਨੂੰ ਹਾਰ ਮਿਲਿਆ ਉਹਨੂੰ ਇਨਾਮ ਮਿਲੇਗਾ ਕਹਿੰਦੇ ਇੰਨੇ ਨੂੰ ਉਹ ਕੁਝ ਸਮਾਂ ਲੰਘਿਆ ਤੇ ਹਾਰ ਤੇ ਕੋਈ ਵਾਪਸ ਨਾ ਕਰਕੇ ਆਇਆ ਉਹਨਾਂ ਨੂੰ ਇਸੇ ਕੋਈ ਨਾ ਕੋਈ ਤੇ ਇਨਾਮ ਵਜੋਂ ਵਾਪਸ ਕਰ ਹੀ ਆਵੇਗਾ ਕਹਿੰਦੇ ਥੋੜਾ ਜਿਹਾ ਸਮਾਂ ਲੰਘਿਆ ਹੁਣ ਰਾਣੀ ਨੇ ਰਾਜੇ ਨੂੰ ਕਿਹਾ ਵੀ ਹਾਰ ਲੱਭ ਰਾਜੇ ਨੇ ਕਿਹਾ ਵੀ ਹਰੇ ਘਰ ਦੀ ਤਲਾਸ਼ੀ ਹੋਵੇਗੀ ਜਿਸ ਤੇ ਘਰੋਂ ਹਾਰ ਲੱਭ ਗਿਆ ਤੇ ਕਹਿੰਦੇ ਉਹਨੂੰ ਸਜ਼ਾ ਮਿਲੇਗੀ ਹੁਣ ਆਜ ਉਹ ਸੋਰੇ ਨੇ ਕਹਾ ਕਿ ਤੇ ਘਰ ਦੱਸਿਆ ਜਦੋਂ ਘਾਰੇ ਗੱਲ ਦੱਸੀ ਨਾ ਤੇ ਕਹਿੰਦੇ ਉੱਠ ਕੇ ਤੇ ਉਹ ਕਹਿੰਦੀ ਪਿਤਾ ਜੀ ਤੁਸੀਂ ਸਵੇਰੇ ਐਵੇਂ ਕਰਿਓ ਕਿਉਂਕਿ ਹੋਰ ਤਾਂ ਕਿਸੇ ਨੂੰ ਪਤਾ ਹੀ ਨਹੀਂ ਸੀ ਬਿਹਾਰ ਘਰ ਕਹਿੰਦੀ ਸਵੇਰੇ ਨਾ ਤੁਸੀਂ ਐਵੇਂ ਕਰਿਓ ਚਿੱਟੇ ਵਸਤਰ ਪਾ ਕੇ ਸਿਰ ਤੇ ਚਿੱਟੀ ਜਿਹੜੀ ਪਗੜੀ ਸਜਾ ਕੇ ਤੇ ਤੁਸੀਂ ਰਾਜੇ ਦੇ ਮਹਿਲ ਜਾਇਆ ਕਿਹਾ ਰਾਜਾ ਮੈਂ ਕਿੰਨਿਆ ਸਾਰੇ ਵਿਤਿਆਂ ਚ ਮਹਾਨ ਤੈਨੂੰ ਤੇਰੇ ਹਾਰ ਬਾਰੇ ਦੱਸਦਾ ਤੇਰਾ ਹਾਰ ਤੇਰੇ ਮਹਿਲਾਂ ਦੇ ਪਿੱਛੇ ਜਿਹੜਾ ਰੋਕਾ ਉਹਦੇ ਥੱਲੇ ਪਿਆ ਕਿੰਦਾ ਪੁੱਤ ਤੂੰ ਕਿਵੇਂ ਦੀਆਂ ਗੱਲਾਂ ਕਰਦੀਂ ਮੈਂ ਐਵੇਂ ਕਹੂੰਗਾ ਤੇ ਹਾਰ ਲੱਭ ਜਾਏਗਾ ਰਾਜੇ ਨੇ ਹੋਰ ਗੁੱਸੇ ਹੋ ਕੇ ਮੇਰੀ ਜਾਨ ਲੈ ਲੈਣੀ ਉਹ ਕਹਿੰਦੇ ਪਿਤਾ ਜੀ ਮੈਂ ਤੁਹਾਡੇ ਚੰਗੇ ਬਾਰੇ ਸੋਚਦੀ ਪਈ ਹੁਣ ਨੂੰ ਪਤਾ ਸੀ ਵੀ ਇਹ ਸੂਝਵਾਨੇ ਉਹਨੇ ਕੋਈ ਕਿੰਤੂ ਪ੍ਰੰਤੂ ਨਾ ਕੀਤਾ ਉਹਨੇ ਕਿਹਾ ਠੀਕ ਹੈ ਸਵੇਰੇ ਰਾਜੇ ਦੇ ਕੋਲ ਗਿਆ ਉਹਨੇ ਰਾਜੇ ਨੂੰ ਉਹੀ ਗੱਲ ਦੱਸੀ ਵੀ ਮੈਂ ਤੇਰੇ ਹਾਰ ਬਾਰੇ ਦੱਸ ਸਕਦਾ ਹਾਰ ਕਿੱਥੇ ਹੈ ਵੀ ਤੇਰੇ ਮਹਿਲਾਂ ਦੇ ਪਿੱਛੇ ਜਿਹੜਾ ਰੋਖਾ ਤੇ ਉਹਦੇ ਪਿੱਛੇ ਉਹਦੇ ਰੁਕਦੇ ਕੋਲ ਪਿਆ ਹੋਇਆ ਜੜ ਚ ਕੋਲ ਪਿਆ ਹੋਇਆ ਇਨ ਨੇ ਉਹ ਜਾ ਕੇ ਉਹਦੀ ਨੂੰਨਿੱਕ ਤੇ ਤਿਹਾਰ ਸੇ ਟੈ ਹੁਣ ਜਦੋਂ ਹਾਰ ਉਹਨੂੰ ਮਿਲ ਗਿਆ ਉਹਨੇ ਆਪਣੇ ਮੰਤਰੀਆਂ ਸੰਤਰੀਆਂ ਨੂੰ ਭੇਜਿਆ ਜਦੋਂ ਗਏ ਤੇ ਹਾਰ ਲੈ ਕੇ ਤੇ ਰਾਜੇ ਦੇ ਕੋਲ ਆ ਕੇ ਰਾਜੇ ਨੇ ਕਿਹਾ ਫਿਰ ਦੱਸ ਵਿਤੈ ਨੂੰ ਕੀ ਇਨਾਮ ਚਾਹੀਦਾ ਕਹਿੰਦਾ ਜੀ ਇਨਾਮ ਤਾਂ ਮੈਂ ਆਪਣੇ ਪੁੱਤ ਤੇ ਆਪਣੇ ਪਰਿਵਾਰ ਤੋਂ ਪੁੱਛ ਕੇ ਦੱਸਾਂਗਾ ਕਹਿੰਦੇ ਠੀਕ ਹੈ ਕਹਿੰਦੇ ਕੱਲ ਇੰਨੇ ਵਜੇ ਮੈਂ ਆ ਕੇ ਦੱਸਾਂਗਾ ਕਿ ਇਨਾਮ ਚਾਹੀਦਾ ਕਹਿੰਦੇ ਕਰ ਗਿਆ ਨੂੰਨੂ ਕਿਹਾ ਵੀ ਉਹਨੇ ਕਿਹਾ ਵੀ ਇਨਾਮ ਦੱਸੋ ਕਿੰਦੇ ਤੁਸੀਂ ਐਵੇਂ ਕਹਿਣਾ ਵੀ ਅੱਜ ਤੋਂ 2 ਦਿਨ ਬਾਅਦ 3 ਦਿਨ ਕਿਸੇ ਨਗਰ ਆਪਣੇ ਪੂਰੇ ਵਿੱਚ ਕਿਸੇ ਕਰ ਦੀਵਾ ਨਾ ਜਗੇ। ਕਹਤੀ ਇਹ ਤੂੰ ਕਿਵੇਂ ਦੀ ਗੱਲ ਕਰਦੀ ਹੈ ਵੀ ਆਪਣੇ ਨਗਰ ਚ ਜਦੋਂ ਨਗਰ ਚ ਵੀ ਮਹੀਨੇ ਦੀ ਸ਼ੁਰੂਆਤ ਹੁੰਦੀ ਹੈ ਤੇ ਉਹ 3 ਦਿਨ ਸਾਰੇ ਜਣੇ ਦੀਪਮਾਲਾ ਕਰਦੇ ਆ ਤੇ ਦੀਪਮਾਲਾ ਨਾ ਕੀਤੀ ਤਾਂ ਇਸ ਭਾਵ ਵਿਸ਼ੋਖ ਸਮ੍ਰiddhi ਨੂੰ ਉਹ ਪ੍ਰਤੀਕ ਸਮਝਦੇ ਨੇ ਤੇ ਜੇ ਉਹਨਾਂ ਨਾ ਕੀਤੀ ਤੇ ਰਾਜਾ ਗੁੱਸਾ ਹੋਵੇਗਾ। ਕਿੰਦੇ ਤੁਸੀਂ ਜਾ ਕੇ ਕਹੋ। ਬਾਕੀ ਅੱਗੇ ਮੈਂ ਤੁਹਾਨੂੰ ਆਪੇ ਦੱਸ ਦੂੰਗੀ। ਕਿੰਦਾ ਠੀਕ ਹੈ। ਪਰ ਕਹਿੰਦੀ ਪਹਿਲਾਂ ਰਾਜੇ ਤੋਂ ਵਚਨ ਲੈ ਲਿਆ ਜੀ ਉਹ ਕਹਿੰਦਾ ਠੀਕ ਹੈ ਰਾਜੇ ਦੇ ਕੋਲ ਗਿਆ ਕਿਹਾ ਰਾਜਨ ਪਹਿਲਾਂ ਵਚਨ ਦੇ ਜੋ ਮੰਗਾਗਾ ਉਹ ਦਵੇਗਾ ਕਹਿੰਦਾ ਠੀਕ ਹੈ ਕਿਹਾ ਰਾਜਨ ਮੈਂ ਚਾਹੁੰਨਾ ਅੱਜ ਤੋਂ 2 ਦਿਨ ਬਾਅਦ 3 ਦਿਨ ਲਈ ਆਪਣੇ ਪੂਰੇ ਨਗਰ 'ਚ ਸ਼ਾਮ ਨੂੰ ਕੋਈ ਦੀਵਾ ਬੱਤੀ ਨਾ ਜਗੇ ਕਹਿੰਦਾ ਠੀਕ ਹੈ ਰਾਜਾ ਪਹਿਲਾਂ ਤੇ ਕਹਿੰਦਾ ਵੀ ਤੂੰ ਪਾਗਲ ਹੋ ਗਿਆ ਵੀ ਦੀਵਾ ਬੱਤੀ ਨਾ ਜਗੇ ਉਹ ਕਹਿੰਦਾ ਵੀ ਹਾਂ ਮੈਂ ਚਾਹੁੰਨਾ ਵੀ ਮੈਂ ਦੀਵਾ ਇਹੀ ਮੰਗ ਕਹਿੰਦਾ ਹੋਰ ਕੁਝ ਮੰਨ ਲੈ ਸੋਨਾ ਚਾਂਦੀ ਕੁਝ ਕਿਹਾ ਨਹੀਂ ਇਹੀ ਮੰਗਣੇ। ਉਹ ਕਿੰਨਾ ਚਲ ਠੀਕ ਹੈ। ਕਹਿੰਦੇ ਹੁਣ ਕੀ ਸੀ ਉਹ ਤਿੰਨ ਦਿਨ ਸੁਖ ਸਮ੍ਰiddhi ਲਈ ਮੰਨੇ ਜਾਂਦੇ ਸਨ। ਕਹਿੰਦੇ ਮਾਇਆ ਉਹਨਾਂ ਦਿਨ ਹਰੇਕ ਘਰ ਆਉਂਦੀ ਸੀ। ਮਾਇਆ ਉੱਥੇ ਹੀ ਆਉਂਦੀ ਹੈ ਜਿੱਥੇ ਇੱਕ ਦੂਜੇ ਨਾਲ ਪਿਆਰ ਹੋਵੇ, ਸਤਕਾਰ ਹੋਵੇ, ਜਿੱਥੇ ਪ੍ਰਕਾਸ਼ ਹੋਵੇ ਤੇ ਸੁਚਮ ਹੋਵੇ। ਕਹਿੰਦੇ ਜਦੋਂ ਮਾਇਆ ਆਸੇ-ਪਾਸੇ ਆਏ ਕਰੇ ਸਾਰੇ ਥਾਵਾਂ ਤੇ ਹਨੇਰਾ ਤੇ ਮਾਇਆ ਉੱਥੇ ਆ ਕੇ ਉਹਨਾਂ ਦੇ ਘਰ ਨਹੀਂ ਨਿਵਾਸ ਕੀਤਾ। ਹਰ ਸ਼ਹਿ ਦੇ ਵਿੱਚ ਬਰਕਤ ਵਾਸ ਕਰਨ ਲੱਗੀ। ਕਹਿੰਦੇ ਫਿਰ ਅਗਲੇ ਤਿੰਨ ਦਿਨ ਬਾਅਦ ਕਹਿੰਦੀ ਪਿਤਾ ਜੀ ਹੁਣ ਜਾ ਕੇ ਕਹਿ ਦੋ। ਪੀ ਆਪਾਂ ਤਿੰਨ ਦਿਨ ਲਈ ਇਸ ਤਰ੍ਹਾਂ ਕਿਹਾ ਸੀ ਕਿ ਕਵੇਰੇ ਜਿਹੜਾ ਰਾਜ ਦਿੱਤੇ ਕਿਸੇ ਸ਼ਤਰੂ ਨੇ ਆ ਕੇ ਹਮਲਾ ਕਰਨਾ ਸੀ ਤੇ ਜਿਸ ਕਰਕੇ ਮੈਂ ਇਹ ਕਿਹਾ ਸੀ ਉਹਨੇ ਜਦੋਂ ਰਾਜ ਨੂੰ ਕੱਲ ਜਾ ਕੇ ਦੱਸੀ ਤੇ ਉਹ ਰਾਜਾ ਸੱਚੀ ਇੱਕ ਗੱਲ ਨੂੰ ਤੇ ਅਗਾਰ ਕਰਨ ਲੱਗ ਗਿਆ ਪੀ ਸੱਚੀ ਇਹ ਦੇ ਕਰਕੇ ਮੇਰੇ ਹੀ ਜਿਹੜਾ ਭਲਾ ਹੋਇਆ ਰਾਜ ਨੇ ਨੂੰ ਬੜਾ ਜ਼ਿਆਦਾ ਸੋਨਾ ਚਾਂਦੀ ਹੀਰੇ ਜਵਾਹਰਾ ਦੇ ਕੇ ਤੇ ਘਰ ਭੇਜ ਦਿੱਤਾ ਉਸ ਸਮੇਂ ਉਹਦੇ ਨੂੰ ਨੇ ਕਿਹਾ ਪਿਤਾ ਜੀ ਮੈਂ ਪੰਜ ਗੱਲਾਂ ਦੱਸਦੀਆਂ ਜੋ ਵੀ ਮਿਲਿਆ ਨੂੰ ਇਹ ਪੰਜ ਗੱਲਾਂ ਦੱਸਿਓ ਜੀ ਆਪਣੀ ਗਰੀਬੀ ਦੂਰ ਹੋਈਏ ਉਸ ਮਨੁੱਖ ਦੀ ਵੀ ਗਰੀਬੀ ਦੂਰ ਹੋਵੇਗੀ ਕਿਹਾ ਦਾਸ ਜੀ ਕਹਿੰਦੇ ਜੋ ਮਨੁੱਖ ਸਮੇਂ ਦੇ ਨਾਲ ਨਹੀਂ ਬਦਲਦਾ ਤੇ ਜਿਸ ਕੰਮ ਨੂੰ ਕਰਨ ਲਈ ਉਦਮ ਨਹੀਂ ਕਰਦਾ ਉਹ ਹਮੇਸ਼ਾ ਗਰੀਬ ਰਹਿੰਦਾ ਦੂਜਾ ਜੋ ਹਰ ਕੰਮ ਨੂੰ ਜਲਦਬਾਜ਼ੀ ਚ ਕਰਦਾ ਤੇ ਕਰਨ ਤੋਂ ਪਹਿਲਾਂ ਨਹੀਂ ਸੋਚਦਾ ਉਹ ਵੀ ਹਮੇਸ਼ਾ ਗਰੀਬ ਰਹਿੰਦਾ ਜੋ ਮਨੁੱਖ ਹਿੰਮਤ ਤੇ ਸਾਹਸ ਤੋਂ ਖਾਲੀ ਰਹਿੰਦਾ ਕਰਨ ਵਾਲੇ ਕੰਮ ਨੂੰ ਸਮੇਂ ਤੇ ਨਹੀਂ ਕਰਦਾ ਉਹ ਮਨੁੱਖ ਵੀ ਗਰੀਬ ਬਣਿਆ ਰਹਿੰਦਾ ਚੌਥਾ ਜੋ ਮਨੁੱਖ ਦੂਜਿਆਂ ਤੇ ਨਿਰਭਰ ਰਹਿੰਦਾ ਕਦੇ ਵੀ ਆਲ ਆਤਮ ਨਿਰਭਰ ਨਹੀਂ ਬੰਦਾ ਆਪਣੇ ਆਪ ਕਿਸੇ ਕੰਮ ਨੂੰ ਲੈ ਕੇ ਵੀ ਮੈਂ ਕਰ ਸਕਦਾ ਇਹ ਨਹੀਂ ਸੋਚਦਾ ਵੀ ਥੋੜੇ ਨਾਲ ਹੀ ਕਹਿੰਦਾ ਚੱਲ ਬੜਾ ਇੰਨਾ ਹੀ ਬੜਾ ਅੱਗੇ ਹੱਥ ਪੈਰ ਨਹੀਂ ਮਾਰਦਾ ਉਹ ਵੀ ਹਮੇਸ਼ਾ ਗਰੀਬ ਰਹਿੰਦਾ ਪੰਜਵਾਂ ਜਿਸ ਘਰ ਵਿੱਚ ਬੀਬੀਆਂ ਨਹੀਂ ਹੁੰਦੀਆਂ ਜਾਂ ਬੀਬੀਆਂ ਦਾ ਇੱਜ਼ਤ ਸਮਾਨ ਨਹੀਂ ਕੀਤਾ ਜਾਂਦਾ ਜਿਸ ਘਰ ਹਰ ਸਮੇਂ ਲੜਾਈ ਝਗੜੇ ਰਹਿੰਦੇ ਨੇ ਉਹ ਵੀ ਗਰੀਬ ਰਹਿੰਦੇ ਉਹ ਜਿਹੜਾ ਮਨੁੱਖ ਸੀ ਉਹਨੇ ਆਪਣੀ ਦੁਕਾਨ ਤੇ ਇਹ ਪੰਜ ਜਿਹੜੇ ਸਨ ਇਹ ਮੁੱਖ ਗੱਲਾਂ ਲਿਖਵਾ ਦਿੱਤੀਆਂ ਕਿਨੇ ਹਰ ਕੋਈ ਨੂੰ ਪੜ੍ਹ ਕੇ ਜ਼ਿੰਦਗੀ 'ਚ ਅਮਲ ਕਰਕੇ ਤੇ ਕਰੋ ਗਰੀਬੀ ਕੱਢ ਦਿੱਤੀ ਤੇ ਜੇ ਆਪਾਂ ਵੀ ਕਰੋ ਗਰੀਬੀ ਕੱਢਣਾ ਚਾਹੁੰਨੇ ਆ ਤਿੰਨਾਂ ਪੰਜ ਗੱਲਾਂ ਤੇ ਅਮਲ ਕਰੀਏ ਕਰੀਬੀ ਆਪੇ ਫਿਰ ਬੁਹਾਤ ਆਪਣਾ ਜਿਹੜਾ ਹੈ ਦਰ ਉਹ ਛੱਡ ਕੇ ਚਲੀ ਜਾਵੇਗੀ